ਸਤਿਕਾਰ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਗੱਲ ਕਰਨੀ ਆ। ਸਿੱਧੂ ਮੂਸੇਵਾਲ ਦਾ ਜੋ ਗਾਣਾ ਆਇਆ ਸੀਗਾ ਚੋਰਨੀ, ਕੱਲ ਆਇਆ ਨਾ ਪਰਸੋਂ ਆਇਆ ਗਾਣਾ। ਸਿਰਫ ਉਹ 24 ਘੰਟੇ ਚੱਲਿਆ ਬਈ ਯੂਟਿਊਬ ਤੇ, ਉਦੋਂ ਬਾਅਦ ਡਿਲੀਟ ਕਰਤਾ, ਆਟੋਮੈਟਿਕ ਡਿਲੀਟ ਹੋ ਗਿਆ। ਤੇ ਰਿਪੋਰਟਾਂ ਜਾਂ ਹੋਰ FRI ਦਰਜ ਹੋਈ ਆ, FRI ਦਾ ਜਲੰਧਰ ਦੇ ਬੰਦੇ ਨੇ ਕਿਸੇ ਨੇ ਦਰਜ ਕਰਾਈ ਆ। ਗੁਰੂ ਨਾਂ ਉਹਦਾ, ਕੀ ਨਾਂ ਜਲੰਧਰ ਵਾਲੇ ਦਾ, ਜਲੰਧਰ ਦੇ ਬੰਦੇ ਨੇ ਕਿਸੇ ਨੇ FRI ਦਰਜ ਕਰਾਈ ਹੈ। ਕਹਿੰਦਾ ਇਸ ਗਾਣੇ 'ਚ ਵਾਇਲੇਸ਼ਨ ਹੈ, ਇਹ ਹਥਿਆਰਾਂ ਦੀ ਗੱਲ ਕਰਦਾ, ਗੋਲੀ ਮੱਥੇ 'ਚ ਮਾਰਨ ਦੀ ਜਾਂ ਹੋਰ ਗੈਂਗ ਇੱਦਾਂ ਦੀਆਂ ਚੀਜ਼ਾਂ ਉਹਨੇ ਹਾਈਲਾਈਟ ਕਰਕੇ FRI ਦਰਜ ਕਰਾਈ ਹੈ। ਯਾਰ ਪਹਿਲਾਂ ਤੁਹਾਨੂੰ ਤੁਸੀਂ ਜਿਉਂਦੇ ਨੂੰ ਬਹੁਤ ਤੰਗ ਕੀਤਾ, ਠੀਕ ਆ, ਜਿਉਂਦੇ ਨੂੰ ਮਗਰੋਂ ਪਤਾ ਲੱਗਦਾ ਗੱਲਾਂ ਦਾ ਸਾਰਿਆਂ ਦਾ। ਜਿਉਂਦੇ ਨੂੰ ਬਹੁਤ ਤੰਗ ਸੀ ਵਿਚਾਰਾ ਉਹ, ਠੀਕ ਆ। ਐਂ ਕੋਈ ਗਾਣਾ ਆ ਜਾਂਦਾ, ਸਾਰੇ ਕਲਾਕਾਰ ਇਕੱਠੇ ਹੋ ਜਾਂਦੇ, ਠੀਕ ਆ, ਤੇ ਬਹੁਤ ਉਹਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰਚਿਆਂ ਦਾ ਸਾਹਮਣਾ ਕੀਤਾ, ਹੋਰ ਸਿਸਟਮ। ਤੇ ਆ ਹੁਣ ਤਾਂ ਚੱਲ ਵਿਚਾਰਾ ਦੁਨੀਆਂ ਤੇ ਨਹੀਂ ਰਿਹਾ ਹਨਾ, ਉਹਦੇ ਸਿਰਫ ਉਹਦੇ ਮਾਂ ਪਿਓ ਕੋਲੇ ਗਾਣੇ ਆ, ਉਹਦੇ ਫੈਨ ਉਹਨੂੰ ਚਾਹੁਣ ਵਾਲੇ ਕੋਲੇ ਗਾਣੇ ਆ, ਤੇ ਉਹ ਕਿੱਡੀ ਗੱਲ ਆ। ਹੋਰ ਗਾਣੇ ਕਿੰਨੇ ਆਈ ਜਾਂਦੇ ਨਸ਼ਿਆਂ ਤੇ, ਆ ਰਾਕਾ ਸਿੱਧਾ ਮੈਂ ਅਮਲੀ ਫਲਾਨਾ ਧੌਂਕਾ, ਤੇ ਹੋਰ ਹਥਿਆਰਾਂ ਵਾਲੇ ਕਿੰਨੇ ਗਾਣੇ ਆਈ ਜਾਂਦੇ ਆ ਹਨਾ ਕਾਲੇ। ਮਾੜੀ ਦੱਸੀ ਬਾਈ ਗੱਲਬਾਤ, ਆਪਣੇ ਨਾਲ 300 ਬੰਦਾ ਜੁੜਿਆ ਹੋਇਆ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਯਾਰ ਗੱਲ ਪਤਾ ਕੀ ਹੈ, ਜੈਲਸੀ ਹੈ, ਜੈਲਸੀ ਦਾ ਵੀ ਕੋਈ ਨਾ ਕੋਈ ਲਿਮਿਟ ਹੁੰਦੀ ਆ, ਵੀ ਜੋ ਬੰਦਾ ਹੈ ਹੀ ਨੀਗਾ ਦੁਨੀਆ ਤੇ। ਜੇ ਤੁਸੀਂ ਕਹਿੰਦੇ ਹੋ ਨਾ, ਜਾਂ ਜੇ ਤੁਸੀਂ ਮੰਗ ਹੀ ਕਰਨੀ ਆ ਤਾਂ ਮੰਗ ਇੱਕ ਸੈਂਸਰ ਬੋਰਡ ਦੀ ਕਰੋ, ਜਿਵੇਂ ਫਿਲਮਾਂ ਸੈਂਸਰ ਬੋਰਡ ਪਾਸ ਕਰਦਾ ਹੈ, ਤੇ ਗਾਣੇ ਵੀ ਪਾਸ ਹੋਣ। ਆ ਜਿਹੜੇ ਹੁਣ ਮੈਂ ਐਂ ਕਰੂੰ ਮੇਰੀ ਜੇਬ ਚ ਫੜ ਨਾਗਣੀ ਫੜਨਾ ਢਿੰਗੜਾ, ਉਹ ਕੀ ਹੁੰਦਾ ਯਾਰ? ਇੱਕ ਚੀਜ਼ ਤੋਂ ਉਹ ਵੀ ਕੋਈ ਕੋਈ ਸ਼ਬਦ ਦਾ ਵਿੱਚ ਗਾਣੇ, ਕੋਈ ਸਾਰਾ ਤਾਂ ਉਹਨੇ ਕਿਹਾ ਵੀ ਮੈਂ ਪਾਸ ਕਰ ਦੂੰ ਕਰ ਦੂੰ। ਚਲ ਆਪਾਂ ਨਾਂ ਨਹੀਂ ਲੈਂਦੇ, ਹੋਰ ਕਿੰਨੇ ਕਲਾਕਾਰ ਜਿਹੜੇ ਬੈਲ ਪੁਣੇ ਦੇ, ਮੈਂ ਇੰਨਾ ਵੱਡੇ ਘਰੇ ਵਾਲੇ ਕੀ ਆ, ਬੈਲ ਪੁਣੇ ਦੇ ਗਾਣੇ ਕੱਢਦੇ ਆ ਕਰ ਦੂੰ ਮੈਂ ਤੇ ਕਿੰਨੇ, ਜਿਹੜੀ ਵਾਇਲੈਂਸ ਦੀ ਗੱਲ ਹੀ ਕਰਦੇ ਆ, ਤੇ ਵਾਇਲੈਂਸ ਫਿਲਮਾਂ ਹੀ ਥੋੜਾ, ਅਡੋਦਰ ਫਿਲਮ ਆਈ ਉਹ ਚ ਹਥਿਆਰ ਹੈ ਨਹੀਂ ਸੀ, ਕਿਹੜੀ ਕਿਹੜੀ ਚੀਜ਼ ਹਰੇਕ ਗਾਣੇ ਚ ਹਥਿਆਰ ਆ। ਨਸ਼ਿਆਂ ਤੇ ਕਿੰਨੇ ਗਾਣੇ ਆਈ ਜਾਂਦੇ ਆ ਯਾਰ, ਦੱਸੋ ਤਾਂ ਸਹੀ, ਕੋਈ ਨਸ਼ਾ ਖਵਾਰੇ ਜੰਨਾ ਮੇਰਾ ਨਾਗਣੀ ਦਾ, ਪਰ ਉਹ ਸਿਹਦੇ ਰਹੀ ਆ ਕੀ ਆ, ਉਹ ਕੁੜੀਆਂ ਰੀਲਾਂ ਪਾ ਜਾਂਦੀਆਂ ਉਹ ਤੇ, ਤੇ ਹੁਣ ਆਪਾਂ ਨੂੰ ਨਹੀਂ ਪਤਾ ਕੀ ਆ ਉਹ ਤੇ ਕਿਉਂ ਖਾਦੀ ਜਾਂਦੀ ਆ। ਹਾਂ ਯਾਰ, ਮਾੜਾ ਮੋਟਾ ਕੋਈ ਸ਼ਰਮ ਮੰਨਿਆ ਕਰੋ, ਜਦੋਂ ਰੇਕ ਰੀਲ ਪਾਣੀ ਖਵਾਰੇ ਜੰਨਾ ਮੇਰੇ ਨਾਗਣੀ ਦਾ ਭੋਰਾ, ਤਿੰਨ ਦਿਨ ਟੱਟੀ ਨਹੀਂ ਆਉਣੀ ਜੇ ਖਾਲੀ ਬਚਣੀ ਨਹੀਂ। ਹਾਂ ਗੱਲ ਪਤਾ ਕੀ ਆ, ਹੁਣ ਮੈਂ ਤਾਂ ਐਂ ਪੁੱਛਦਾ ਵੀ ਉਹ ਹੈ ਹੀ ਨਹੀਂ ਬੰਦਾ ਦੁਨੀਆ, ਨਾ ਤਾਂ ਤੁਸੀਂ ਉਹਨੂੰ ਜਿਉਂਦੇ ਨੂੰ ਟਿਕਣ ਦਿੱਤਾ, ਤੇ ਉਹਦੇ ਮਾਂ ਪਿਓ ਕੋਲੇ ਇੱਕ ਚੀਜ਼ ਆ ਉਹਦੇ ਚਾਹੁਣ ਵਾਲੇ ਬੰਦੇ ਨੂੰ ਵੀ ਸੀਗਾ, ਚਾਹੇ ਉਹਦੇ, ਕਿਉਂਕਿ ਉਹਦੇ ਫੋਨ 'ਚ ਗਾਣੇ ਸੀ, ਆਪਾਂ ਨੂੰ ਪਤਾ ਹਨਾ ਜਿਵੇਂ ਵੀ ਉਹ ਉਹਨਾਂ ਕੁ ਰਿਲੀਜ਼ ਉਹਨਾਂ ਨੂੰ ਕਰਨਾ ਪੈਂਦਾ, ਹੋਰ ਹੈ ਨਹੀਂ, ਨਾ ਹੀ ਉਹਦੀ ਕਲਮ ਦੇ ਯਾਰ। ਉਹਨੂੰ ਜਦੋਂ ਇੰਨੇ ਬਲਡ 'ਚ ਚਾਹੁਣ ਵਾਲੇ ਬੈਠੇ ਆ, ਜਦੋਂ ਗਾਣੇ ਆਉਂਦੇ ਆ ਤਾਂ ਇੱਕ ਉਹ ਜਿਉਂਦਾ ਹੀ ਮਹਿਸੂਸ ਹੁੰਦਾ ਹਨਾ। ਲੋਕਾਂ ਨੂੰ ਚਾਹੀਦੀ ਹੈ ਪਬਲਿਸਿਟੀ, ਉਹ ਬੰਦੇ ਨੂੰ ਕੋਈ ਨਹੀਂ ਜਾਣਦਾ ਜਿਹਨੇ ਉਹਦੇ ਤੇ ਮਤਲਬ ਕੀਤੀ ਹੈ ਕੰਪਲੇਂਟ। ਹਾਂ ਤੇ ਉਹਨੂੰ ਇਹ ਹੁੰਦਾ ਵੀ ਸਾਨੂੰ ਯਾਰ ਉਹ ਕਿਹਾ ਸੀ ਨਾ ਉਹਨੇ ਜਿਹੜੀਆਂ ਗੱਲਾਂ ਕਹਿ ਕੇ ਗਿਆ ਸੀ, ਮੇਰਾ ਨਾਂ ਲੈ ਕੇ ਲੋਕ ਮਸ਼ਹੂਰ ਹੋਣ ਨੂੰ ਕਰਦੇ, ਹਾਂ ਰੋਟੀ ਚੱਲਦੀ, ਉਹੀ ਚੱਕਰ ਆ ਰੋਟੀ ਚਲਾਉਣ ਵਾਲਾ ਮਸਲਾ। ਨਹੀਂ ਯਾਰ ਆ ਤਾਂ ਬੜੇ ਦੁੱਖ ਦੀ ਗੱਲ ਆ, ਬੰਦਾ ਪਹਿਲਾਂ ਤਾਂ ਹੁਣ ਪਤਾ ਲੱਗਦਾ ਗੱਲਾਂ ਦਾ ਬਾਈ, ਚੱਲ ਆਪਾਂ ਤਾਂ ਵਿਚਾਰੇ ਨੂੰ ਮਿਲੇ ਨਹੀਂ ਹਨਾ, ਤੇ ਗੱਲਾਂ ਤੋਂ ਹੋਰ ਜਾਂਦਾ ਬਾਪੂ ਦੱਸਦਾ ਜਾਂ ਹੋਰ ਗੱਲਾਂ ਤੋਂ ਪਤਾ ਲੱਗਦਾ ਵੀ ਉਹਨੂੰ ਚਾਹੁੰਦੇ ਨੇ ਬਹੁਤ ਤੰਗ ਕੀਤਾ ਜਾਂਦਾ ਸੀ ਉਹ ਪਰਚੇ ਦੇ ਪਰਚਾ। ਜਿੰਨਾ ਕੁ ਆਪਾਂ ਨੂੰ ਪਤਾ ਚੱਲ, ਆਪਾਂ ਸੋਸ਼ਲ ਮੀਡੀਆ ਤੋਂ ਉਹ ਚੀਜ਼ਾਂ ਨਹੀਂ ਹਨਾ ਸ਼ੇਅਰ ਕਰ ਸਕਦੇ, ਕਿਉਂਕਿ ਆਪਾਂ ਉਹ ਚੀਜ਼ਾਂ ਦੇਖੀਆਂ ਨੇੜੋਂ ਵੀ ਯਾਰ, ਉਦੋਂ ਬੰਦਾ ਚਲੋ ਐਕਸੈਪਟ ਕਰ ਲੈਂਦਾ ਕੋਈ ਗੱਲ ਨਹੀਂ ਯਾਰ, ਐਂ ਤਾਂ ਹੁੰਦਾ ਹੀ ਰਹਿੰਦਾ ਜਦੋਂ ਬੰਦਾ ਜਿਉਂਦਾ। ਯਾਰ ਜੇ ਆਪਾਂ ਕੋਈ ਦੁਸ਼ਮਣ ਵੀ ਹੋਵੇ ਨਾ ਆਪਣਾ, ਜਦੋਂ ਬੰਦਾ ਨਾ ਰਵੇ ਦੁਨੀਆ ਤੇ, ਫੇਰ ਵੀ ਆਪਾਂ ਕਹਿੰਦੇ ਛੱਡੋ ਖੜਾ ਯਾਰ ਵੀ ਹੁਣ ਰਿਹਾ ਹੀ ਨਹੀਂ ਯਾਰ, ਤੁਸੀਂ ਹੁਣ ਵੀ ਨਹੀਂ ਉਂਗਲਾਂ ਤੇ ਨੂੰ ਹੜਦੇ, ਮੈਨੂੰ ਸਮਝ ਨਹੀਂ ਆਉਂਦੀ ਉਹ ਬੰਦੇ ਨੇ ਜਿਉਂਦੇ ਨੇ ਕਿੰਨਾ ਕੀ ਚਾਹੁੰਦਾ ਬੰਦਾ। ਉਧਰ ਜੰਪ ਕਰੋ, ਮੈਂ ਕਹਿਣਾ ਵੀ ਹਾਂ ਇਹਨੇ ਗੱਲ ਕਰੀ ਹਥਿਆਰਾਂ ਦੀ, ਸਰ ਦੂਜਿਆਂ ਦਾ ਵੀ ਕਰੇ ਕਰ ਬਈ, ਇਹ ਬੰਦਾ ਮੰਗ ਕਰੇ ਵੀ ਸੈਂਸਰ ਬੋਰਡ ਗਾਣਿਆਂ ਦਾ ਬਣੇ, ਗੱਲ ਬਣ ਹੁੰਦਾ ਅਸੀਂ ਸਾਥ ਦੇਵਾਂਗੇ ਰਸ, ਹਾਂ ਗੱਲ ਬੋਲਣ ਵਾਲੀ ਤਾਂ ਹੋਵੇ ਵੀ ਗਾਣਾ ਸੈਂਸ ਹੋ ਕੇ ਫੇਰ ਆਵੇ ਵਿੱਚ ਵੀ ਕੋਈ ਹਥਿਆਰ ਤਾਂ ਨਹੀਂ, ਕੋਈ ਗਲਤ ਗੱਲ ਤਾਂ ਨਹੀਂ ਯਾਰ, ਇਹ ਇੱਕ ਟੱਪਾ ਵਜਾਰੇ ਨੇ, ਉਹਦਾ ਪੂਰਾ ਗਾਣਾ ਵੀ ਨਹੀਂ ਵੱਡਾ, 20 ਸਕਿੰਟ ਨੇ ਉਹ ਕੀਤਾ, ਹਾਂ ਤੇ ਉਹਦੇ ਨਾਲ ਕੀ ਹੋ ਗਿਆ, ਜਰੇ ਨਹੀਂ ਆਂਦਾ ਇਹ। ਹਾਂ ਵੀ ਹੁਣ ਤੂੰ ਕਰਾ ਲਈ ਲੈ ਕੀ ਕਰਨਾ, ਗਾਣਾ ਦਾ ਡਿਲੀਟ ਹੋ ਗਿਆ, ਫਿਰ ਉਹ ਕੀ ਹੋ ਜੂ, ਕੀ ਹੋ ਜੂ, ਨਹੀਂ ਫਿਰ ਭੁੱਖੇ ਮਰ ਜਾਣਗੇ ਹੁਣ, ਹਾਂ ਬੰਦ ਕਰ ਦੇ ਹੁਣ, ਹਾਂ ਲੱਖਾਂ ਰੁਪਇਆ ਸ਼ਰਮ ਨਹੀਂ ਹੈਗੀ ਲੋਕਾਂ ਨੂੰ ਯਾਰ, ਜਰ ਮਰੇ ਬੰਦੇ ਨੂੰ ਗਾਹ, ਫਿਰ ਉਹਦੇ ਤੁਸੀਂ ਮਾਂ ਪਿਓ ਨੂੰ ਜੇਲ ਕਰ ਦੋ, ਉਹਦੇ ਚਾਹੁਣ ਵਾਲਿਆਂ ਨੂੰ ਕੀ ਗੱਲ ਆ, ਜਿੱਥੇ ਇੰਨੇ ਗਾਣੇ ਹੋਰ ਨਸ਼ਿਆਂ ਦੇ ਪਏ ਹਥਿਆਰਾਂ ਤੇ, ਆ ਹੁਣ ਕਿੰਨੇ ਗਲਾ ਕਰ ਹਥਿਆਰਾਂ ਤੇ ਗਾਣੇ ਕੱਢੀ ਜਾਂਦੇ ਆ। ਹੈ ਇੱਥੋਂ ਮੂਸਾ ਕਿੰਨੀ ਦੂਰ ਹੈ? 1.5 ਕਿਲੋਮੀਟਰ ਦਾ ਦਿਖਾਈ ਕਿੰਨਾ ਜਿਹਾ ਖਲਾਸ ਸੀ, 1.5 ਕਿਲੋਮੀਟਰ 1.5 ਕਿਲੋਮੀਟਰ ਬਈ, ਇੱਥੇ ਟਿੱਬੇ ਹੁੰਦੇ ਸੀ ਨਾ ਸਾਰੇ, ਹਾਂ ਟਿੱਬੇ ਹੁੰਦੇ ਬਈ, ਕੌਣ ਜਾਣਦਾ ਸੀ ਮੂਸੇ ਨੂੰ? ਕੋਈ ਨਹੀਂ ਜਾਣਦਾ, ਹੈ ਤਾਂ ਸਾਰਾ ਕੋਈ ਬੰਦ, ਫਿਰ ਤਾਂ ਮੰਨੀ ਗੱਲ ਕਿ ਨਹੀਂ ਬਈ? ਹਾਂ ਬਈ ਸਹੀ ਗੱਲ ਹੈ, ਤੇ ਜਦੋਂ ਸਾਈ ਜਾਂਦਾ ਬਈ ਗਾਣੇ ਗੁਣੇ ਪਹਿਲਾਂ ਨਸ਼ਿਆਂ ਤੇ ਆਈ ਜਾਂਦਾ ਵਿਚਾਰੇ ਦਾ ਗਾਣਾ ਰੀਡ ਕਰਾਤਾ ਯਾਰ, ਉਹ ਕਿਹੜਾ ਬਾਈ ਹੁਣ ਹੈਗਾ ਆਪਕ ਗੱਲ ਫਿਰ, ਹਾਂ ਜਦੋਂ ਹੋਵੇ ਤਾਂ ਤੁਸੀਂ ਪਰਚਾ ਕਰਾ ਦਿਓਗੇ, ਜਲੀਲ ਜੇਲ ਕਰਾ ਦਿਓਗੇ, ਹੁਣ ਕਾਹਦੇ ਵਾਸਤੇ ਕਰਦੇ ਨੇ? ਨਹੀਂ ਹੁਣ ਕੱਲ ਹੋਰ ਆ, ਜੇ ਬੰਦਾ ਆਪ ਹੋਵੇ ਤਾਂ ਆਪਾਂ ਮੰਨ ਲਈ ਗੱਲ, ਹਾਂ ਜੋ ਬੰਦਾ ਹੀ ਨਹੀਂ ਹੈਗਾ, ਹਾਂ ਫਿਰ ਕਿਉਂ ਕਰਦੇ ਨੇ ਇਹ ਮਾੜੀ ਗੱਲ, ਆਪਾਂ ਤਾਂ ਕਹਿੰਦੇ ਨੇ ਹੋਰ ਯਾਰ ਲੱਕੀ ਗੱਲ ਹੈ।
जेल चो फोन नागनी फलाना असि सूटा लाने बहुत जाओ सारे दे करो यार एक तुसी दब के यार शर्म होनी चाहिए बंदे नूं जिन्हें यार ये काम करिया जाऊंदे नूं तां डिगण नहीं दिंदा मरे नूं भी नहीं डिगण दिंदे यार आही गल माहौल बना देने किसी दे विरुद्ध मान ली दो बंदे बोलने लगे तीजा भी तू भी नाल तुर पे ऑटोमेटिक तू भी ओवे बोलेगा माहौल बनाने की बड़ी गल है नहीं डिगण दिता मरे यार क्यों सारे कलाकार कठे हो सारे लगते है जेड़ा कुछ करमा चो ओही मिलूगा किसी नू किसी की मौत से खुश नहीं होना चाहिए किसी नू तंग नहीं करना चाहिए हुण मां प्यो बेचारे ਉਹਨਾਂ ਨੂੰ ਐ ਲੱਗਦਾ ਜਿਵੇਂ ਵੀ ਸਾਡਾ ਮੁੰਡਾ ਸੱਚੀ ਜਾਉਂਦਾ ਹੁੰਦਾ ਜਦੋਂ ਉਹਦੇ ਗਾਣੇ ਉਹ ਹਨਾ ਉਹ ਹੁੰਦੇ ਆ ਉਹਨੂੰ ਚਾਹਣ ਵਾਲੇ ਵੀ ਖੁਸ਼ ਹੁੰਦੇ ਆ ਵੀ ਯਾਰ ਹਾਂ ਠੀਕ ਆ ਮਾੜੇ ਚਿੱਤ ਨੂੰ ਸ਼ਾਂਤੀ ਮਿਲਦੀ ਆ ਹਨਾ ਜਦੋਂ ਪਾਇਆ ਜਾਂਦਾ ਨਾ ਵੀ ਆਈ ਨੇ ਦਿਨ ਉਹਨੂੰ ਗਾਣਾ ਆਊਗਾ ਤੇ ਐ ਮਤਲਬ ਮਿੰਟ ਘੰਟੇ ਦੇ ਇਹ ਡੇਟਾ ਬਦਲ ਲੈਂਦੇ ਆਪਦੀਆਂ ਇਹ ਡੇਟਾ ਬਦਲ ਲੈਂਦੇ ਆ ਉਹ ਤਾਂ ਡਰ ਪਤਾ ਨਹੀਂ ਕਾਹਦਾ ਕੀ ਚੱਲ ਲਾ ਅਗਲੇ ਚ ਟੈਲੈਂਟ ਸੀ ਯਾਰ ਯਾਰ ਉਹ ਬੰਦਾ ਲਿਟਰੇਚਰ ਪਤਾ ਕਿੰਨਾ ਪੜਦਾ ਸੀ ਜਿੱਥੋਂ ਤੁਸੀਂ ਜਾ ਕੇ ਸੋਚ ਵੀ ਨਹੀਂ ਸਕਦੇ ਉਹ ਤਾਂ ਉੱਥੋਂ ਸ਼ੁਰੂ बंदा यार हर एक नूं नेड़े ला लैंदा सी ओह कोई आई नहीं करदा कमी ला लो कह लो खूबी ला लो दिल दा बंदा जां दिल दा हीरा सी यार हुण पता लगदा आपां नूं दुख भी इस चीज दा पहली गल आई शर्म मनो सिंगर नूं छड़ दिओ ना नूं भी छड़ दिओ यार इको मां प्यो दा कल्ला जवाब सुनो यार मेरा महाराज रिसोन ना किन्नी देख के सच्ची मेरा आदा रोना निकल जांदा कदे वीडियो देखदे जां चल छड़ो उहनूं कोई किड्डा नाम सी ओह भी पासे रख दिओ यार इक मां प्यो ना बड़े पेदे विच जदों लोड हुंदी उदों दा मां ओह मुंडा मरे मरिया भी किहड़े हालात च ते तूं आई शर्म ओह बंदे नूं शर्म चाहीदी जां उहनूं कह सारिआं ते करा दस दे असीं आ भेजदा मैं सारिआं दे लिंक की गल सी एक टप्पा सी बेचारे दा डेडबाइन दा होर दस दिना एक मैं तन्नू हां हुण तां ओह वीडियो च एडिट करके पता नहीं किवें ओह बना के पाया ना हाँ। ते जे ओह झोटा जांदा हुंदा ना हाँ। ते उथे बीच ते या ताज होटल दे सामने नाटकरां घूमना सी ओह गल मेरी याद रखियो हां सही आ सच्ची ओह आंदा नाटकरां घोल नहीं सी करदा घोल नहीं सी करदा नाटकरां ताज होटल पूरा मशहूर आ उथे नाटक इने इने ना भाई मेरे कोई नेड़े नाल रहण वाले बंदे ने दस्या ते इहदा ट्रैक्टर ना कोई प्रॉब्लम आ गई सी ते ट्रैक्टर ठीक कराया पटियाले तों तेरा यार कहना मैं आप चला के लेके जाऊं नाल ने रोकया पता नहीं शायद ले भी आया मैंने पता क्योंकि गल चली सी कहना मैं आप चला के लेके जाऊं कहते नहीं आ नवे मुंडे आ भाई सच्ची गल खेती कर दो कितना कितने सानू पॉजिटिविटी तो मिली यार बंदा जो आप सोडे कोले बाही जांदा आप किलोमीटर ते खड़े हां सोडे पिंड सद्दा सिंह वाले खड़खड़ जाता है मिल नहीं सकया कहते बहुत हूं गलां तो पता लगा
ਖੇਡਣ ਚ ਕਿਵੇਂ ਸੀ ਬਾਈ? ਪੂਰਾ ਵਧੀਆ ਉੱਚੀ ਸੀ ਨਾ ਬਾਈ ਦੀ? ਹਾਂ ਬੜਾ ਸ਼ੌਂਕ ਸੀ ਖੇਡਣ ਦਾ, ਉਂਗਲ ਦਾ ਹੱਥ ਦੇਖ ਲੋ ਕਿੱਥੇ ਜਾਂਦਾ ਸੀ ਹਨਾ। ਬਹੁਤ ਹੋਰ ਮੁੰਡੇ ਬਹੁਤ ਆਉਂਦੇ ਯਾਰ, ਉਹਨੂੰ ਦੇਖਣਾ ਮੈਨੂੰ ਬਾਹਰੋਂ ਬਾਹਰੋਂ। ਹਾਂ ਤੇ ਉਹ ਜਿਹੜੇ ਨਾਲ ਵਾਲੇ ਹੁੰਦੇ ਯਾਰ, ਉਹ ਲਵੇ ਨੀ ਲੱਗਣ ਦੇ। ਅਗਲਾ ਕਹਿੰਦਾ ਯਾਰ ਵੀ ਪਤਾ ਕੌਣ ਕਿਵੇਂ ਹਨਾ, ਉਹ ਕਹਿੰਦਾ ਕੋਈ ਗੱਲ ਨੀ ਆਪਣੇ ਪਿੰਡਾਂ ਦੇ ਨੀ ਯਾਰ ਆ ਜਾਂਦੇ। ਚੱਲ ਰੇਕ ਨੂੰ ਬੰਦੇ ਨੂੰ ਰੇਕ ਨੂੰ ਨੇੜੇ ਲਾਇਆ ਉਹਨੇ। ਟੀਮਾਂ ਬਈ ਐ ਮੰਨ ਕੇ ਚੱਲ ਵੀ ਬਹੁਤ ਜ਼ਿਆਦਾ ਟੀਮਾਂ ਬਣ ਜਾਂਦੀਆਂ, ਬਾਰੀ ਨਾ ਮਿਲਦੀ ਖੇਡਣ। ਗੁਲਾਬ ਸਿੱਧੂ ਵਰਗੇ ਵੀ ਨਾਲ ਹੀ ਹੋ ਜਾਂਦੇ ਸੀ ਉਹਦੇ, ਬਾਰੀ ਨੀ ਮਿਲਦੀ ਖੇਡਣ ਨੂੰ, ਟੀਮਾਂ ਬਣ ਜਾਂਦੀਆਂ ਲੋਟਾ ਵੀ ਅਗਲਾ ਦੇਖਣ ਦਾ ਮਾਰਾ ਕੁਛ ਤਾਂ ਕੁਛ ਨਾਲ ਖੇਡਦੇ। ਅਗਲਾ ਕਹਿੰਦਾ ਸੁਭਾਅ ਦੇਖੀ ਹੈ ਨਾ ਕਿਸੇ ਜਾ ਬਾਈ ਦਾ। ਤੁਸੀਂ ਵੀ ਯਾਰ ਨਾਲ ਪਿੰਡ ਤੁਹਾਡਾ 1.5 ਕਿਲੋਮੀਟਰ, ਤੁਸੀਂ ਵੀ ਮਾਣ ਕਰਦੇ ਹੋਗੇ ਰਿਸ਼ਤੇਦਾਰੀ ਚ ਕਿਤੇ ਜਾ ਕੇ। ਆਪਣੇ ਰਿਸ਼ਤੇਦਾਰ ਆਉਂਦੇ ਯਾਰ, ਸਾਰੇ ਆਉਂਦੇ ਨੇ ਉੱਥੇ ਜਾ ਕੇ ਦੇਖ ਦੇਖ ਕੇ ਵੀ ਆਉਂਦੇ ਆ ਘਰ, ਮੰਨ ਕੇ ਚਲੋ ਘਰੇ ਵੀ ਜਾਂਦੇ ਆ, ਸਮਾਜ ਤੇ ਵੀ ਜਾਂਦੇ ਆ। ਅਗਲਾ ਕਹਿੰਦਾ ਆਪਣੇ ਤਾਂ ਐਡੀ ਵਟਵਾ ਕੇ ਆਪਾਂ ਉੱਥੇ ਚੱਲੀਏ, ਰਿਸ਼ਤੇ ਚ ਆਏ ਇੱਥੇ। ਯਾਰ ਉਹ ਬੰਦੇ ਦੀ ਬਹੁਤ ਮਾੜੀ ਗੱਲ, ਉਹਨੂੰ ਮੈਂ ਤਾਂ ਲਾਹਨਤ ਪਾਉਣਾ ਆਪਦੇ ਵੱਲੋਂ ਬਾਈ। ਕੀ ਗੱਲ ਆ ਯਾਰ, ਉਹਦੇ ਇੱਕ ਟੱਪੇ ਨਾਲ ਕੀ ਪੋਪੂਲੇਸ਼ਨ ਹੋ ਜਾਈ, ਸਾਰੇ ਜਿਹੜੇ ਜਾਂਦੇ ਫਿਰਦੇ ਆ ਹਫਤੇ ਬਾਅਦ ਕੱਢਦੇ, ਉਹਨਾਂ ਨਾਲ ਨੀ ਹੁੰਦਾ ਯਾਰ। ਮਿੱਟੀ ਪੱਟਣ ਵਾਲਾ ਕੰਮ ਆ ਬਾਈ, ਜਮਾ ਬਾਈ ਜਮਾ ਜਮਾ, ਮਾੜੀ ਗੱਲ ਆ ਬਈ ਆਪਾਂ ਦਾ। ਹਾਂ ਚਲੋ ਠੀਕ ਆ ਬਾਈ, ਸਾਰਿਆਂ ਦਾ ਧੰਨਵਾਦ ਜਿਹੜੇ ਆਏ ਅੱਜ। ਆਪਾਂ ਉਸ ਮੋਟਰ ਤੋਂ ਲਾਏ ਵਾ, ਬਾਈਆਂ ਦੀ ਮੋਟਰ ਹੈ ਤੇ ਇੱਥੇ ਬਾਈ ਕਹਿੰਦਾ ਸ਼ੂਟਿੰਗ ਸਰਿੰਗ ਇੱਥੇ ਹੀ ਕਰਦਾ ਰਹਿੰਦੇ, ਕਹਿੰਦੇ ਪਿੰਡ ਹੀ ਆਉਂਦਾ ਸੀ। ਉਹ ਬੰਦੇ ਦੀ ਬਾਈ ਬਹੁਤ ਮਾੜੀ ਗੱਲ ਆ ਜਿਹੜੇ ਨੇ, ਕੀ ਤੂੰ ਐਫ ਆਈ ਆਰ, ਤੈਨੂੰ ਕੀ ਮਿਲ ਜੂਗਾ, ਤੈਨੂੰ ਕੀ ਦੇ ਦੂ, ਕੀ ਤੂੰ ਉਹਨੂੰ ਹੋ ਜੂਗਾ ਹਨਾ। ਯਾਰ ਤੁਸੀਂ ਮਰੇ ਬੰਦੇ ਤੇ ਵੀ ਐਫ ਆਈ ਆਰ ਕਰਾਈ ਜਾਂਦੇ ਯਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।